ਕਿੱਥੇ ਤੈਂਡੇ ਮਾਪਿਆਂ ਜਿੰਨਾ ਤੂੰ ਜਣਿਓ ਏ ਤੈਂ ਪਾਸੋਂ ਉਲਦ ਗਏ ਤੂੰ ਅਜੇ ਨਾ ਪਤੀਣਿਓ ਤੈਂ ਪਾਸੋਂ ਉਲਦ ਗਏ ਤੈਂ ਜੇ ਨਾ ਪਤੀਣਿਓ ਹੋਏ। ਗੁਰੂ ਸਵਾਰਿਓ, ਸਤਿਕਾਰਯੋਗ ਬਾਬਾ ਫਰੀਦ ਜੀ ਨੇ ਆਪਣੇ ਇਸ ਸਲੋਕ ਵਿੱਚ ਬੜਾ ਪਿਆਰਾ ਸਿਧਾਂਤ ਔਰ ਜ਼ਿੰਦਗੀ ਦਾ ਅਟੱਲ ਸੱਚ ਸਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਗਿਆ। ਮਨੁੱਖ ਆਪਣੀ ਜ਼ਿੰਦਗੀ ਵਿੱਚ ਜੋ ਵੀ ਕਰਦਾ ਆ, ਜੋ ਅਸੀਂ ਸੋਚਦੇ ਹਾਂ, ਜਿਸ ਪਾਸੇ ਜਾ ਰਹੇ ਹਾਂ, ਬਹੁਤੇ ਬੁਰੇ ਕੰਮ, ਬਹੁਤੀਆਂ ਬੁਰੀਆਂ ਸੋਚਾਂ, ਬਹੁਤੇ ਬੁਰੇ ਰਾਹ ਇਸ ਕਰਕੇ ਅਖਤਿਆਰ ਕੀਤੇ ਜਾਂਦੇ ਨੇ ਵੀ ਸਾਡੀ ਜ਼ਿੰਦਗੀ ਦਾ ਕੋਈ ਅੰਤ ਨਹੀਂ ਹੈਗਾ। ਬੰਦਾ ਸੋਚਦਾ ਮੈਂ ਮਰਨਾ ਥੋੜ੍ਹਾ, ਇਹ ਕਹਿ ਲਓ ਵੀ ਬੰਦੇ ਨੂੰ ਆਪਣੀ ਜ਼ਿੰਦਗੀ ਦਾ ਅੰਤ ਯਾਦ ਨਹੀਂ ਹੈਗਾ। ਜਿਹਨੂੰ ਇਸ ਜੀਵਨ ਦੇ ਅੰਤ ਦੀ ਸਮਝ ਆ, ਉਹ ਇਸ ਜ਼ਿੰਦਗੀ ਦਾ ਗੁਰੂ ਲੜ ਲੱਗ ਕੇ ਆਨੰਦਮਈ ਰਸ ਲੈਂਦਾ ਆ, ਵਕਾਰੀ ਦੁਨੀਆ 'ਚੋਂ ਬਾਹਰ ਆ ਕੇ ਗੁਰੂ ਦੇ ਚਰਨਾਂ ਦਾ ਭੌਰਾ ਬਣ ਕੇ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜਿਉਂਦਾ ਆ, ਜਿਹਨੂੰ ਆਪਣੇ ਅੰਤ ਦਾ ਪਤਾ ਹੈ। ਔਰ ਰਸਾਂ ਕਸਾਂ ਵਿੱਚ ਮਸਰੂਫ ਹੋਈ ਜ਼ਿੰਦਗੀ ਕਈ ਵਾਰ ਆਪਣੇ ਅੰਤ ਦੇ ਦਿਨਾਂ ਨੂੰ ਭੁੱਲ ਜਾਂਦੀ ਹੈ। ਇਸ ਕਰਕੇ ਗੁਰੂ ਜਗਾਉਂਦਾ ਆ, ਗੁਰੂ ਹਲੂਣਾ ਦਿੰਦਾ ਆ। ਔਰ ਕਿੰਨੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਮਿਲਦੇ ਨੇ। ਵਾਰ ਵਾਰ ਗੁਰਦੇਵ ਆਖਿਆ ਆ, ਫਰੀਦਾ ਕੰਧੀ ਉੱਤੇ ਰੁੱਖੜਾ ਕਿਚਰਕ ਬੰਨੇ ਧੀਰ, ਵੀ ਨਦੀ 'ਤੇ ਕੰਢੇ ਖੜ੍ਹੇ ਹੋਏ ਦਰਖਤ ਦੀ ਕਿੰਨੀ ਮਨਿਆਦ ਹੈ। ਪਾਣੀ ਲੰਘਦਾ ਜਾ ਰਿਹਾ, ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ, ਦਰਖਤ ਡਿੱਗ ਪਏਗਾ। ਦਰਖਤ ਉਹ ਜ਼ਿੰਦਗੀ ਹੈ ਜਿਸ ਦੇ ਕੋਲ ਦਿਨ ਰਾਤ ਦਾ ਪਾਣੀ ਵਹਿ ਰਿਹਾ, ਆਉਦ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੀ। ਜ਼ਿੰਦਗੀ ਘਟ ਰਹੀ ਹੈ, ਕੱਚੇ ਭਾਂਡੇ ਰੱਖੀਏ ਕਿਚਰ ਤਾਈਂ ਨੀਰ, ਵੀ ਕੱਚੇ ਭਾਂਡੇ 'ਚ ਪਾਣੀ ਕਿੰਨਾ 'ਚ ਰੱਖਿਆ ਜਾ ਸਕਦਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜਿਹੜਾ ਦਿਨ ਆਇਆ ਉਹ ਚਲਿਆ ਗਿਆ। ਜਾਗੋ ਜਾਗੋ ਸੁਤਿਓ ਚੱਲਿਆ ਬਨਜਾਰਾ, ਹਲੂਣਦੇ ਆ ਸਤਿਗੁਰ, ਝੰਝੋੜਦੇ ਆ। ਜਰਾ ਜੋਬਨ ਜੀਵਨ ਗਿਆ, ਕਿਸ਼ ਕੀਆ ਨਾਨੀ ਕਾ, ਜਵਾਨੀ ਬਚਪਨ ਵੜੇਪਾ ਲੰਘ ਗਿਆ, ਚੰਗਾ ਕੱਖ ਵੀ ਨਾ ਕੀਤਾ। ਬਾਬੇ ਫਰੀਦ ਨੇ ਤਾਂ ਫਿਰ ਬੜੇ ਪਿਆਰੇ ਬੋਲ ਸਾਂਝੇ ਕੀਤੇ, ਕਹਿੰਦੇ ਜੇ ਅਜੇ ਵੀ ਸਮਝ ਨਹੀਂ ਨਾ ਆਉਂਦੀ, ਜੇ ਅਜੇ ਵੀ ਜ਼ਿੰਦਗੀ ਦਾ ਅੰਤ ਭੁੱਲ ਗਿਆ ਨਾ, ਜੇ ਅਜੇ ਵੀ ਮਰਨਾ ਯਾਦ ਨਹੀਂ ਹੈਗਾ ਨਾ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨਾ ਤੂੰ ਜਣਿਓ ਏ, ਜਿੰਨਾ ਤੈਨੂੰ ਪੈਦਾ ਕੀਤਾ ਕਿ ਆਪਣੇ ਮੋਢਿਆਂ 'ਤੇ ਉਹਨਾਂ ਨੂੰ ਲਾਂਬੂ ਨਹੀਂ ਲਾ ਕੇ ਆਇਆ।
ਜਿਨ੍ਹਾਂ ਨੇ ਉਂਗਲੀ ਫੜ ਕੇ ਤੁਰਨਾ ਸਿਖਾਇਆ ਕਿ ਸ਼ਮਸ਼ਾਨ ਘਾਟ ਵਿੱਚ ਉਹਨਾਂ ਨੇ ਤੇਰੀ ਚਿਖਾ ਦੁਆਲੇ ਖੜ ਕੇ ਤੈਨੂੰ ਅੰਤਮ ਵਧਾਈ ਨਹੀਂ ਦਿੱਤੀ। ਤੈਂ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣਿਓ ਏ, ਤੇਰੇ ਵਹਿੰਦਿਆਂ ਵਹਿੰਦਿਆਂ ਤੈਨੂੰ ਛੱਡ ਕੇ ਚਲੇ ਗਏ, ਪਰ ਅਜੇ ਵੀ ਤੇਰਾ ਮਨ ਪਤੀਜਦਾ ਨਹੀਂ ਹੈਗਾ, ਹਜੇ ਵੀ ਤੇਰਾ ਮਨ ਇਸ ਸੱਚਾਈ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ, ਅਜੇ ਵੀ ਸੋਚਦਾ ਆ ਵੀ ਮੇਰੇ ਕੋਲੇ ਅੰਤਮ ਸੱਚ ਆ ਔਰ ਮੈਂ ਦੁਨੀਆਂ ਦਾ ਅੰਤਮ ਇਨਸਾਨ ਆ, ਦੁਨੀਆਂ ਖਾਕ ਹੋ ਜਾਏਗੀ ਮੈਂ ਜਿਉਂਦਾ ਰਹਾਂਗਾ, ਮੈਂ ਸਭ ਦੇ ਜਾਣ ਤੋਂ ਬਾਅਦ ਜਾਵਾਂਗਾ। ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ, ਕਹਿਣ ਲੱਗੇ ਅਕਬਰ ਦਾ ਨਾਂ ਸੀ ਪਹਿਲਾਂ ਜਲਾਲ ਉਲ ਦੀਨ, ਪਰ ਉਹਨੇ ਨਾਂ ਚੇਂਜ ਕਰਕੇ ਅਕਬਰ ਰੱਖ ਲਿਆ ਅਤੇ ਅਕਬਰ ਦਾ ਅਰਥ ਹੁੰਦਾ ਸਭ ਤੋਂ ਵੱਡਾ। ਮੁਸਲਮਾਨ ਭਰਾ ਸ਼ਬਦ ਵਰਤਦੇ ਨੇ ਅੱਲਾਹੁ ਅਕਬਰ, ਆਪਣੇ ਆਪ ਨੂੰ ਸਭ ਤੋਂ ਵੱਡਾ ਕਹਾਉਣ ਲੱਗ ਗਿਆ, ਪਰ ਇਤਿਹਾਸ ਗਵਾਹ ਆ ਆਪਣੇ ਆਪ ਨੂੰ ਵੱਡਾ ਕਹਾਉਣ ਵਾਲਿਆ ਅੱਜ ਕਿੱਥੇ ਆ। ਉਹ ਤਾਂ ਅੱਜ ਵੀ ਹੈਗਾ ਜਿਹੜਾ ਸਿਰਜਣ ਵਾਲਾ, ਜਿਹਦੇ ਬਰਾਬਰ ਆਪਣੇ ਆਪ ਨੂੰ ਖੜਾ ਕਰ ਲਿਆ, ਜਿਹਦਾ ਸ਼ਰੀਕ ਬਣ ਗਿਆ, ਉਹ ਤਾਂ ਅੱਜ ਵੀ ਹੈਗਾ। ਦੁਨੀਆਂ ਚੱਲ ਰਹੀ ਹੈ, ਸੰਸਾਰ ਚੱਲ ਰਿਹਾ, ਪਰ ਅਕਬਰ ਤੂੰ ਕਿੱਥੇ ਹੈ? ਅਕਬਰ ਦੇ ਘਰੇ ਪੁੱਤ ਪੈਦਾ ਹੋਇਆ, ਨਾਮ ਰੱਖਿਆ ਗਿਆ ਸਲੀਮ, ਸ਼ਹਿਜ਼ਾਦਾ ਸਲੀਮ ਨਾਲ ਦੁਨੀਆਂ ਜਾਣਦੀ ਸੀ। ਤਖੱਲਸ ਰੱਖਿਆ ਜਹਾਂਗੀਰ, ਜਹਾਂਗੀਰ ਦਾ ਅਰਥ ਹੁੰਦਾ ਸਭ ਕੁਝ ਮੇਰੀ ਮੁੱਠੀ ਦੇ ਵਿੱਚ ਹੈ। ਦੁਨੀਆਂ ਵਾਲਿਆਂ ਆਖਿਆ ਸਾਰੀ ਦੁਨੀਆਂ ਨੂੰ ਮੁੱਠੀ 'ਚ ਰੱਖਣ ਵਾਲਿਆ, ਤੈਨੂੰ ਸਾੜ ਕੇ ਇੱਕ ਮੁੱਠੀ ਵਿੱਚ ਅਗਲਿਆਂ ਖੜਾ ਕਰ ਦਿੱਤਾ, ਤੇਰੀ ਰਾਖ ਦੀ ਮੁੱਠੀ ਵੀ ਨਹੀਂ ਬਣੀ ਹੋਣੀ, ਅੱਜ ਕਿੱਥੇ ਹੈ? ਦੁਨੀਆਂ ਨੂੰ ਆਪਣੀ ਮੁੱਠੀ 'ਚ ਕਰਨ ਵਾਲਿਆ, ਤੇਰੀ ਰਾਖ ਮੁੱਠੀ ਭਰ ਰਹਿ ਗਈ, ਕਿੱਥੇ ਗਿਆ? ਤੇਰੇ ਅੰਦਰ ਵੀ ਫਤੂਰ ਸੀ। ਜਹਾਂਗੀਰ ਦੇ ਘਰ ਪੁੱਤ ਪੈਦਾ ਹੋਇਆ, ਨਾਮ ਰੱਖਿਆ ਗਿਆ ਖੁਰਮ, ਸ਼ਹਿਜ਼ਾਦਾ ਖੁਰਮ। ਤਖੱਲਸ ਰੱਖਿਆ ਸ਼ਾਹਜਹਾਨ, ਭਾਵ ਪੂਰੀ ਦੁਨੀਆਂ ਦਾ ਮਾਲਕ, ਪੂਰੀ ਦੁਨੀਆਂ ਨੂੰ ਜਿੱਤਣ ਵਾਲਾ, ਪੂਰੀ ਦੁਨੀਆਂ ਨੂੰ ਚਲਾਉਣ ਵਾਲਾ ਸ਼ਾਹਜਹਾਨ, ਪੂਰੀ ਦੁਨੀਆਂ ਦਾ ਮਾਲਕ। ਦੁਨੀਆਂ ਤਾਂ ਉੱਥੇ ਹੀ ਖੜੀ ਆ ਜੋ ਮਾਲਕ ਨਹੀਂ ਲੱਭਦਾ, ਹੈ ਮਾਲਕ ਕਿਤੇ? ਆਪਣੇ ਆਪ ਨੂੰ ਮਾਲਕ ਕਹਾਉਣ ਵਾਲਾ ਕਿੱਧਰ ਗਿਆ? ਅਸਲ ਮਾਲਕ ਤਾਂ ਅੱਜ ਵੀ ਬੈਠਾ, ਅੱਜ ਵੀ ਚਲਾ ਰਿਹਾ ਸੰਸਾਰ ਨੂੰ। ਜਹਾਂਗੀਰ ਦੇ ਘਰ ਪੈਦਾ ਹੋਇਆ ਪੁੱਤਰ, ਸ਼ਾਹਜਹਾਨ ਦੇ ਘਰ ਪੁੱਤਰ ਪੈਦਾ ਹੋਇਆ ਮਹਾਉਦੀਨ। ਵੈਸੇ ਨਾਂ ਚੰਗਾ ਨਹੀਂ ਲੱਗਿਆ, ਉਹਨੇ ਤਖੱਲਸ ਬਦਲ ਕੇ ਰੱਖ ਲਿਆ ਔਰੰਗਜ਼ੇਬ। ਔਰੰਗ ਦਾ ਅਰਥ ਹੁੰਦਾ ਤਖਤ ਅਤੇ ਜ਼ੇਬ ਦਾ ਅਰਥ ਹੁੰਦਾ ਸ਼ਿੰਗਾਰ, ਭਾਵ ਤਖਤ ਦਾ ਸ਼ਿੰਗਾਰ। ਤਖਤ ਦਾ ਸ਼ਿੰਗਾਰ, ਤਖਤ ਤਾਂ ਉੱਥੇ ਹੀ ਹੈ ਪਰ ਸ਼ਿੰਗਾਰ ਨਾ ਲੱਭਿਆ, ਉਹ ਤਖਤ 'ਤੇ ਬਹਿਣ ਵਾਲਾ ਨਾ ਲੱਭਿਆ, ਭਾਲਿਆ ਨਹੀਂ ਲੱਭਦਾ ਉਹ ਔਰੰਗਜ਼ੇਬ, ਉਹਦੀ ਮੜੀ 'ਤੇ ਦੀਵਾ ਬਾਲਣ ਵਾਲਾ ਕੋਈ ਨਹੀਂ। ਦੂਜੇ ਪਾਸੇ ਆਪਣੀ ਜ਼ਿੰਦਗੀ ਨੂੰ ਰੱਬ 'ਚ ਅਭੇਦ ਕਰਨ ਵਾਲਾ ਨੀਲੇ ਦਾ ਸ਼ਾਹ ਸਵਾਰ, ਉਹ ਇੱਕ ਚਿੱਠੀ ਲਿਖਦਾ ਜਿਹਦਾ ਨਾਮ ਰੱਖਿਆ ਗਿਆ ਸੀ ਜ਼ਫਰਨਾਮਾ। ਨਾਮੇ ਦਾ ਅਰਥ ਹੁੰਦਾ ਚਿੱਠੀ ਅਤੇ ਜ਼ਫਰ ਦਾ ਅਰਥ ਹੁੰਦਾ ਜਿੱਤ ਦੀ ਚਿੱਠੀ। ਉਹਦੇ ਵਿੱਚ ਲਿਖਿਆ ਸਤਿਗੁਰ ਨੇ, ਮੇਰੇ ਬੱਚੇ ਸ਼ਹੀਦ ਹੋ ਗਏ ਔਰੰਗਜ਼ੇਬ, ਹੱਸਦਾ ਵੱਸਦਾ ਆਨੰਦਪੁਰ ਉੱਜੜ ਗਿਆ, ਮਾਵਾਂ ਦੇ ਲਾਲ ਚਲੇ ਗਏ, ਮੈਂ ਕੰਢਿਆਂ 'ਤੇ ਰਾਤਾਂ ਗੁਜ਼ਾਰੀਆਂ ਆ,
ਸਾਰਾ ਕੁਝ ਦੁਨਿਆਵੀ ਤੌਰ 'ਤੇ ਮੇਰੇ ਤੋਂ ਖੁੱਸ ਗਿਆ। ਮੈਂ ਅੱਜ ਵੀ ਰੱਬ ਦੇ ਭਾਣੇ ਵਿੱਚ ਆਪਣੇ ਆਪ ਨੂੰ ਰੰਗਿਆ ਹੋਇਆ। ਤੂੰ ਜਿੱਤ ਕੇ ਵੀ ਹਾਰ ਗਿਆ ਅਤੇ ਮੈਂ ਹਾਰ ਕੇ ਵੀ ਜਿੱਤ ਗਿਆ। ਜਿਹਨੇ ਸਮਝਿਆ ਜ਼ਿੰਦਗੀ ਕੀ ਹੈ। 42 ਸਾਲ ਆਪਣੀ ਕੌਮ ਨੂੰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। 42 ਸਾਲ ਜਿਨ੍ਹਾਂ ਮਹਾਂਪੁਰਖਾਂ ਨੂੰ ਆਪਣੀ ਜ਼ਿੰਦਗੀ ਦੀ ਸੱਚਾਈ ਦਾ ਪਤਾ ਸੀ, ਉਹ ਜਿੱਤ ਕੇ ਗਏ ਨੇ ਸੰਸਾਰ ਤੋਂ। ਜੇ ਅਕਬਰ ਨਹੀਂ ਰਿਹਾ, ਜੇ ਸ਼ਾਹਜਹਾਨ ਨਹੀਂ ਰਿਹਾ, ਜੇ ਜਹਾਂਗੀਰ ਨਹੀਂ ਰਿਹਾ, ਜੇ ਔਰੰਗਜ਼ੇਬ ਨਹੀਂ ਰਿਹਾ, ਤੂੰ ਕਿਹੜੇ ਬਾਗ ਦੀ ਮੂਲੀਆਂ ਉਹ ਭਲਿਆ। ਉਹਨਾਂ ਵੀ ਤਾਂ ਆਪਣੇ ਆਪ ਨੂੰ ਵੱਡਾ ਗਿਣਿਆ ਸੀ ਨਾ। ਅਕਸਰ ਹੋਏ ਤਾਂ ਖਾ ਕੀ, ਤੈਂ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣੇ ਹੋਏ। ਵੇਹਦਿਆਂ ਵੇਹਦਿਆਂ ਤੇਰੀ ਮਾਂ ਚਲੀ ਗਈ, ਤੇਰੀ ਦਾਦੀ ਚਲੀ ਗਈ, ਅਜੇ ਵੀ ਮੁੜਨ ਨੂੰ ਤਿਆਰ ਨਹੀਂ ਹੈਗਾ, ਅਜੇ ਵੀ ਸਮਝਣ ਨੂੰ ਤਿਆਰ ਨਹੀਂ ਹੈਗਾ, ਅਜੇ ਵੀ ਤੇਰੀ ਸਮਾਂ ਸਮਰੱਥਾ ਕਿਸੇ ਹੋਰ ਪਾਸੇ ਲੱਗ ਰਹੀ ਹੈ। ਇਸੇ ਕਰਕੇ ਬਾਬਾ ਫਰੀਦ ਜੀ ਹਲੂਣਦਿਆਂ ਹੋਇਆਂ ਕਹਿੰਦੇ, ਅਜੇ ਤਾਂ ਆਪਣੇ ਆਪ ਨੂੰ ਮੋੜੋ ਬੰਦਿਆ, ਅਜੇ ਤਾਂ ਵਾਪਸ ਲੈ ਕੇ ਆ। ਇਹ ਨਾ ਹੋਵੇ ਜ਼ਿੰਦਗੀ ਤੇਰੀ ਇਸੇ ਤਰ੍ਹਾਂ ਰਸਾਂ ਕਸਾਂ ਵਿੱਚ ਬਰਬਾਦ ਹੋ ਜਾਏ ਅਤੇ ਤੂੰ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਵੀ ਨਾ ਲੈ ਸਕੇ। ਸਤਿਗੁਰੂ ਸੋਝੀ ਬਖਸ਼ਣ, ਸਮਾਂ ਸਮਾਪਤ ਹੁੰਦਾ। ਜੀਵਨ ਦੀ ਅਸਲ ਸੱਚਾਈ ਨੂੰ ਸਮਝਣ ਲਈ ਮੌਤ ਦੇ ਅੰਤ ਦਾ ਸਾਡੇ ਜ਼ਿਹਨ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਔਰ ਸਤਿਗੁਰ ਦੀ ਬਖਸ਼ਿਸ਼ ਤੋਂ ਬਿਨਾਂ ਇਹ ਅੰਤਮ ਸੱਚ ਬੰਦੇ ਦੇ ਹਿੱਸੇ ਨਹੀਂ ਆਉਂਦਾ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ।